ਬਠਿੰਡਾ ਦੇ ਸਿਵਲ ਹਸਪਤਾਲ ਵਿਖੇ 24 ਜੁਲਾਈ ਤੋਂ ਭੁੱਖ ਹੜਤਾਲ 'ਤੇ ਬੈਠੇ ਸਿਹਤ ਮੁਲਾਜ਼ਮ ਕਰਮਚਾਰੀ ਅੱਜ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ। ਬਠਿੰਡਾ ਤੋਂ ਹੋਈਆਂ 5 ਬੱਸਾਂ ਰਵਾਨਾ। ਆਗੂਆਂ ਨੇ ਕਿਹਾ ਕਿ ਅਸੀਂ ਅੱਜ ਆਰ ਪਾਰ ਦੀ ਲੜਾਈ ਲੜਨ ਜਾ ਰਹੇ ਹਾਂ, ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਅਸੀਂ ਇਸ ਲੜਾਈ ਨੂੰ ਹੋਰ ਤੇਜ਼ ਕਰਦੇ ਜਾਵਾਂਗੇ। ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਫੈਸਲੇ ਅਨੁਸਾਰ 24/7/1920 ਤੋਂ ਸਾਡੀ ਜਿਹੜੀ ਭੁੱਖ ਹੜਤਾਲ ਲਗਾਤਾਰ ਚੱਲ ਰਹੀ ਸੀ ਜੋ ਕਿ 6 ਅਗਸਤ 2020 ਤੱਕ ਖਤਮ ਹੋ ਗਈ ਹੈ, ਅਤੇ ਫੈਸਲੇ ਅਨੁਸਾਰ ਅੱਜ 7 ਤਰੀਕ ਹੈ ਅਤੇ 7 ਤਰੀਕ ਨੂੰ ਸਾਡਾ ਇਹ ਫੈਸਲਾ ਸੀਗਾ ਵੀ ਅਸੀਂ ਮੋਤੀ ਮਹਿਲ ਆ ਜੋ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਆ ਜੋ ਉਸ ਨੂੰ ਅੱਜ ਘਿਰਾਓ ਕਰਾਂਗੇ। ਸਾਡੀਆਂ ਜਿਹੜੀਆਂ ਮੁੱਖ ਮੰਗਾਂ ਸੀਗੀਆਂ ਸਾਰੇ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਚਾਹੇ ਉਹ ਕਿਸੇ ਵੀ ਸਕੀਮ ਦੇ ਵਿੱਚ ਕੰਮ ਕਰਦੇ ਆ, ਜਿਹੜੇ ਠੇਕਾ ਆਧਾਰਿਤ ਹਨ ਸਭ ਨੂੰ ਰੈਗੂਲਰ ਪੇ ਸਕੇਲ ਦਿੱਤਾ ਜਾਵੇ ਅਤੇ ਉਹਨਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ, ਅਤੇ ਨਾਲ ਸਾਡੇ 1263 ਮਲਟੀਪਰਪਜ ਹੈਲਥ ਵਰਕਰ ਮੇਲ ਨੇ, ਉਹਨਾਂ ਦਾ ਪ੍ਰੋਬੇਸ਼ਨ ਪੀਰੀਅਡ ਹੈ ਉਹ 3 ਸਾਲ ਦਾ ਸੀ, ਉਹ ਘਟਾ ਕੇ 2 ਸਾਲ ਦਾ ਕੀਤਾ ਜਾਵੇ। ਅਤੇ ਤੀਸਰੀ ਸਾਡੀ ਮੰਗ ਇਹ ਹੈ ਵੀ ਜਿਹੜੀਆਂ ਮੇਲ ਅਤੇ ਫੀਮੇਲ ਮਲਟੀਪਰਪਜ ਹੈਲਥ ਵਰਕਰਸ ਨੇ ਕੋਵਿਡ-19 ਦੇ ਵਿੱਚ ਐਜ਼ ਆ ਫਰੰਟਲਾਈਨ ਵਰਕਰ ਕੰਮ ਕੀਤਾ ਸੀ, ਉਹਨਾਂ ਨੂੰ ਐਮਰਜੈਂਸੀ ਭੱਤਾ ਜਿਹੜਾ ਪ੍ਰੋਵਾਈਡ ਕਰਵਾਏਗਾ। ਸੰਘਰਸ਼ ਆ ਹੋਰ ਤੇਜ਼ ਹੋਏਗਾ। ਫਿਲਹਾਲ ਸਾਡੀ ਜਿਹੜੀ ਰਿਪੋਰਟਿੰਗ ਬੰਦ ਸੀਗੀ ਅਤੇ ਅੱਗੇ ਤੋਂ ਅਸੀਂ ਕੰਮ ਵੀ ਬੰਦ ਕਰਾਂਗੇ, ਉਹ ਜੋ ਵੀ ਯੂਨੀਅਨ ਦਾ ਫੈਸਲਾ ਹੋਊਗਾ ਸਾਡੀ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦਾ, ਉਹਦੇ ਅਕੋਰਡਿੰਗ ਹੀ ਅਗਲਾ ਜਿਹੜਾ ਅਸੀਂ ਪਲੈਨਿੰਗ ਕੀਤੀ ਜਾਏਗੀ। ਸਮੁੱਚੇ ਜ਼ਿਲ੍ਹੇ ਬਠਿੰਡਾ ਤੋਂ ਸਿਹਤ ਸੰਘਰਸ਼ ਕਮੇਟੀ ਬਠਿੰਡਾ ਵੱਲੋਂ ਮੋਤੀ ਮਹਿਲ ਦਾ ਘਿਰਾਓ ਕਰਨ ਜਾ ਰਹੇ ਹਾਂ, ਕਿਉਂਕਿ ਪਿਛਲੇ 24 ਤਰੀਕ ਤੋਂ ਅਸੀਂ 6 ਅਗਸਤ ਤੱਕ ਅਸੀਂ ਭੁੱਖ ਹੜਤਾਲ 'ਤੇ ਬੈਠੇ ਸੀ, ਪਰ ਸਰਕਾਰਾਂ ਨੇ ਜਾਂ ਅਫਸਰਾਂ ਨੇ ਸਾਡੀ ਕੋਈ ਸਾਰ ਨਹੀਂ ਲਈ। ਉਸ ਦੇ ਰੋਸ ਵਜੋਂ ਅੱਜ ਅਸੀਂ ਸਾਰੇ ਜਣੇ ਜ਼ਿਲ੍ਹੇ ਤੋਂ ਲਗਭਗ 250-300 ਬੰਦਾ ਇਕੱਠਾ ਹੋ ਕੇ 5 ਬੱਸਾਂ ਦੇ ਵਿੱਚ ਭਰ ਕੇ ਮੋਤੀ ਮਹਿਲ ਦਾ ਘਿਰਾਓ ਕਰਨ ਜਾ ਰਹੇ ਹਾਂ। ਉੱਥੇ ਅਸੀਂ ਸਰਕਾਰ ਨਾਲ ਆਹਮਣੇ ਸਾਹਮਣੇ ਟੱਕਰ ਲਵਾਂਗੇ, ਸਾਡੇ ਅਸੀਂ ਹਰ ਹਾਲਤ ਦੇ ਵਿੱਚ ਉਹਨਾਂ ਚਿਰ ਇਹ ਜੰਗ ਜਾਰੀ ਰੱਖਾਂਗੇ ਜਿੰਨਾ ਚਿਰ ਸਾਡੀਆਂ ਜਿਹੜੀਆਂ ਲੜਕੀਆਂ ਕੱਚੀਆਂ ਨੇ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾਂਦਾ, ਸਾਡੇ ਜਿਹੜੇ ਮਲਟੀਪਰਪਜ਼ ਵਰਕਰ ਮੇਲ ਨੇ ਉਹਨਾਂ ਦਾ ਪ੍ਰੋਵੇਸ਼ਨ ਪੀਰੀਅਡ ਖਤਮ ਨਹੀਂ ਕੀਤਾ ਜਾਂਦਾ, ਸਾਡੇ ਜਿਹੜੇ ਫਰੰਟਲਾਈਨ 'ਤੇ ਕੰਮ ਕਰ ਰਹੇ ਬੰਦੇ ਉਹਨਾਂ ਨੂੰ ਇਸ ਦੇ ਵਿੱਚ ਵਜੋਂ ਇੱਕ ਇੰਕਰੀਮੈਂਟ। ਬਠਿੰਡਾ ਸਰਕਾਰੀ ਮੀਡੀਆ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।